ਮੇਰੇ ਜ਼ਿਹਨ ਦੇ ਵਿੱਚ ਇੱਕ ਸਵਾਲ ਹੈ ਕਿ ਸਿੱਖ ਲੋਕ ਮੂਰਤੀ ਦੀ ਪੂਜਾ ਕਰਦੇ ਆ ਜਾਂ ਨਹੀਂ ਕਰਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਦੀ ਪੂਜਾ ਕਰਵਾਈ ਸੀ ਜਾਂ ਨਹੀਂ ਕਰਵਾਈ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਖੈਰ ਪਹਿਲੋ ਤੇ ਆਪਾਂ ਵੀਡੀਓ ਦੇਖ ਲੈਨੇ ਆ ਫਿਰ ਕਰਦੇ ਆ ਗੱਲਬਾਤ ਗੋ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਅਕਾਲ ਪੁਰਖ ਦੀ ਉਸਤਤ ਕੀਤੀ ਉੱਥੇ ਖਾਲਸਾ ਪੰਥ ਸਿਰਜ ਕੇ ਸਿੱਖਾਂ ਵਿੱਚ ਇੱਕ ਨਵੀਂ ਜਨਪਾ ਕਿਦੜੋ ਸ਼ੇਰ ਬਣਾ ਦਿੱਤਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਸੂਰ ਬੀਰਤਾ ਦੀਆਂ ਸਾਖੀਆਂ ਸੁਣਨ ਨੂੰ ਮਿਲਦੀਆਂ ਹਨ ਉੱਥੇ ਹੀ ਕੁਝ ਅਜਿਹੀਆਂ ਗੱਲਾਂ ਵੀ ਸੁਣੀਆਂ ਜਿਹਨਾਂ ਉੱਪਰ ਅਕਸਰ ਹੀ ਦੋ رائے ਹੁੰਦੀਆਂ ਰਹੀਆਂ ਅਸੀਂ ਇਸ ਬਾਬਤ ਇੱਕ ਪੋਲ ਕਰਵਾਇਆ ਜਿਸ ਵਿੱਚ 22% ਲੋਕ ਅਜਿਹੇ ਸਨ ਜੋ ਇੱਕ رائے ਨਾਲ ਸਹਿਮਤ ਨਹੀਂ ਸਨ ਸਵਾਲ ਸੀ ਕਿ ਗੁਰਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਿਰਜਣ ਤੋਂ ਪਹਿਲਾਂ ਦੇਵੀ ਪੂਜਾ ਕੀਤੀ ਸਵਾਲ ਬੜਾ ਅਹਿਮ ਸੀ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਤੁਹਾਡੇ ਸਾਰੇ ਭਰਮ ਦੂਰ ਕੀਤੇ ਜਾਣਗੇ ਅਸੀਂ ਉਹਨਾਂ ਗ੍ਰੰਥਾਂ ਦੀ ਵੀ ਗੱਲ ਕਰਾਂਗੇ ਜੋ ਦੇਵੀ ਪੂਜਾ ਦੀ ਗੱਲ ਕਰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਲਿਖਤ ਜਿਸ ਵਿੱਚ ਉਹਨਾਂ ਨੇ ਆਪ ਦੱਸਿਆ ਹੈ ਕਿਸ ਕੋਲ ਗੁਰੂ ਸਾਹਿਬ ਜੀ ਨੇ ਮਦਦ ਮੰਗੀ ਸੀ ਸ਼ੁਰੂ ਤੋਂ ਅੰਤ ਤੱਕ ਧਿਆਨ ਪੂਰਵਕ ਜ਼ਰੂਰ ਸੁਣਿਓ ਨਹੀਂ ਤਾਂ ਸਮਝਣ ਵਿੱਚ ਅਰਥਾਂ ਦੇ ਅਨਰਥ ਹੋਣੇ ਸੁਭਾਵਿਕ ਹਨ ਸਾਡਾ ਮਕਸਦ ਪਾਏ ਜਾਂਦੇ ਪਰਮਾਤਮਾ ਦੂਰ ਕਰਨਾ ਹੈ ਆਓ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਸਰੂਪਦਾਸ ਭੱਲਾ ਨੇ ਮਹਿਮਾ ਪ੍ਰਕਾਸ਼ ਵਿੱਚ ਦੇਵੀ ਪੂਜਾ ਦਾ ਜ਼ਿਕਰ ਕੀਤਾ ਸੀ ਪਹਿਲਾ ਗੱਲ ਕਰਦੇ ਹਾਂ ਮਹਿਮਾ ਪ੍ਰਕਾਸ਼ ਦੀ ਕਵੀ ਲਿਖਦਾ ਹੈ ਤੁਰਕਾਂ ਦੀ ਲੁੱਟੀ ਹੋਈ ਸੰਗਤ ਦਾ ਦੁੱਖ ਸੁਣ ਕੇ ਗੁਰੂ ਸਾਹਿਬ ਜੀ ਨੇ ਸੂਰਬੀਰਤਾ ਲਈ ਦੇਵੀ ਦੀ ਆਰਾਧਨਾ ਕਰਨ ਦਾ ਵਿਚਾਰ ਕੀਤਾ ਪੂਜਾ ਕਿਸ ਬ੍ਰਾਹਮਣ ਤੋਂ ਕਰਵਾਈ ਗਈ ਉਸਨੇ ਕਿਸ ਮੰਤਰ ਦਾ ਜਾਪ ਕੀਤਾ ਕਿਸੇ ਪ੍ਰਕਾਰ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਸਰੂਪਦਾਸ ਭੱਲਾ ਲਿਖਦਾ ਹੈ ਜਾਣ ਲੱਗੀ ਦੇਵੀ ਹਵਨ ਕੁੰਡ ਵਿੱਚ ਖੰਡਾ ਰੱਖ ਗਈ ਅਤੇ ਅਗਨੀ ਠੰਡੀ ਹੋਣ ਤੋਂ ਬਾਅਦ ਖੰਡਾ ਬਾਹਰ ਕੱਢਿਆ ਗਿਆ ਅਤੇ ਬਾਅਦ ਵਿੱਚ ਇਸੇ ਖੰਡੇ ਨੂੰ ਅਮਰ ਸੰਚਾਰ ਦੇ ਵਰਤਿਆ ਗਿਆ ਹੁਣ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਗੁਰੂ ਬਿਲਾਸ ਪਾਤਸ਼ਾਹ 10 ਸੁਖਾ ਸਿੰਘ ਦੁਆਰਾ ਰਚਿਤ ਸੁਖਾ ਸਿੰਘ ਲਿਖਦਾ ਹੈ ਗੁਰੂ ਜੀ ਅਤੇ ਅਨੇਕਾ ਸਿੰਘ ਸ਼ਿਕਾਰ ਖੇਡ ਕੇ ਆਏ ਅਤੇ ਖਾਲਸਾ ਸਿਰਜਣ ਲਈ ਦੇਵੀ ਪ੍ਰਗਟ ਕਰਨ ਦਾ ਵਿਚਾਰ ਕੀਤਾ ਗੁਰੂ ਜੀ ਨੇ ਉਜੈਨ ਵਾਸੀ ਦਤਾਨੰਦ ਬ੍ਰਾਹਮਣ ਪਾਸੋਂ ਦੇਵੀ ਪੂਜਾ ਕਰਵਾਈ ਸਰੂਪ ਦਾਸ ਭੱਲਾ ਕਹਿੰਦਾ ਹੈ ਦੇਵੀ ਨੇ ਖੰਡਾ ਭੇਟ ਕੀਤਾ ਅਤੇ ਸੁਖਾ ਸਿੰਘ ਲਿਖਦਾ ਹੈ ਗੁਰੂ ਸਾਹਿਬ ਜੀ ਨੇ ਕਿਰਪਾਨ ਦੀ ਮੰਗ ਕੀਤੀ ਅਤੇ ਦੇਵੀ ਕਿਰਪਾਨ ਭੇਟ ਕਰਕੇ ਅਲੋਪ ਹੋ ਗਈ ਸੂਰਜ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਗੁਰੂਕਰ ਆਹਰਿਆ ਸੰਗਤਾਂ ਨੂੰ ਤੁਰਕਾਂ ਨੇ ਰਾਸਤੇ ਵਿੱਚ ਹੀ ਲੁੱਟਿਆ ਗੁਰੂ ਸਾਹਿਬ ਜੀ ਨੇ ਸੂਰ ਬੀਰਤਾ ਦੀ ਪ੍ਰਾਪਤੀ ਵਾਸਤੇ ਦੇਵੀ ਪੂਜਾ ਕਰਨ ਦਾ ਵਿਚਾਰ ਕੀਤਾ ਕਾਂਸ਼ੇ ਨਿਵਾਸੀ ਪੰਡਿਤ ਕੇਸ਼ੋਦਾਸ ਨੂੰ ਦੇਵੀ ਪੂਜਨ ਹਿਤ ਬੁਲਾਇਆ ਗਿਆ ਦੀ ਸੰਤੋਖ ਸਿੰਘ ਲਿਖਦੇ ਹਨ ਦੇਵੀ ਨੇ ਗੁਰੂ ਸਾਹਿਬ ਜੀ ਨੂੰ ਇੱਕ ਕਰਦਪੇਟ ਕੀਤੀ ਇਸੇ ਤਰ੍ਹਾਂ ਬੰਸਾਵਲੀ ਨਾਵਾਂ ਦਸਾ ਪਾਤਸ਼ਾਹੀਆਂ ਦਾ ਵਿੱਚ ਵਿੱਚ ਦੇਵੀ ਪੂਜਨ ਦੀ ਗੱਲ ਕੀਤੀ ਗਈ ਹੈ ਇਹ ਤਾਂ ਗੱਲਾਂ ਹੋਈਆਂ ਲਿਖਾਰੀਆਂ ਦੁਆਰਾ ਲਿਖੇ ਗਏ ਗ੍ਰੰਥਾਂ ਦੀ ਹੁਣ ਦੇਖਦੇ ਹਾਂ ਧੰ ਸਹਿਸ਼੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਕੀ ਆਖਦੇ ਹਨ ਅੰਗ 634 ਉੱਪਰ ਕੁਰਨਾਰਕ ਦੇਵ ਜੀ ਆਖਦੇ ਹਨ ਦੁਬਦਾ ਨਾ ਪੜੋ ਹਰ ਬਿਨ ਹੋ ਨ ਪੂਜੋ ਮੜੇ ਮਸਾਂ ਨ ਜਾਈ ਗੁਰੂ ਸਾਹਿਬ ਜੀ ਆਖਦੇ ਹਨ ਆਲ ਪੁਰਖ ਤੋਂ ਬਿਨਾ ਹੋਰ ਕਿਸੇ ਦੀ ਪੂਜਾ ਨਹੀਂ ਕਰਦਾ ਅੰਗ 894 ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਸ਼ੰਕਰਾ ਨਹੀਂ ਜਾਣੇ ਭੇਵ ਖੋਜ ਤਹਾਰੇ ਦੇਵ ਦੇਵੀਆਂ ਨਹੀਂ ਜਾਣੇ ਮਰਮ ਸਭ ਉਪਰ ਅਲਖ ਪਾਰ ਬ੍ਰਹਮ ਅਨੇਕਾਂ ਦੇਵ ਪਰਮਾਤਮਾ ਨੂੰ ਖੋਜਦੇ ਥੱਕ ਗਏ ਪਰ ਉਹਨਾਂ ਨੇ ਪਰਮਾਤਮਾ ਦਾ ਉਸ ਅਕਾਲ ਪੁਰਖ ਦਾ ਭੇਦ ਨਹੀਂ ਜਾਣਿਆ ਹੁਣ ਆਪ ਹੀ ਦੱਸੋ ਕਿਉਂ ਆਪ ਖੁਦ ਪਰਮਾਤਮਾ ਦਾ ਭੇਦ ਇਹ ਨਹੀਂ ਜਾਣ ਸਕੇ ਉਹ ਸਹਿਬ ਦਾਤਾ ਸ਼ਿਰਗੁਰ ਗੋਬਿੰਦ ਸਿੰਘ ਜੀ ਨੂੰ ਕਿੱਥੋਂ ਸੂਰਬੀਰਤਾ ਬਖਸ਼ਣਗੇ ਆਓ ਗੁਰ ਗੋਬਿੰਦ ਸਿੰਘ ਜੀ ਤੋਂ ਜਾਣਦੇ ਹਾਂ ਉਹਨਾਂ ਨੇ ਕਿਸ ਤੋਂ ਮਦਦ ਮੰਗੀ ਗੁਰੂ ਸਾਹਿਬ ਜਫਰ ਨਾਮੇ ਵਿੱਚ ਵੀ ਫਰਮਾਉਂਦੇ ਹਨ ਮਨਮ ਕੁਸਟੇ ਕੋਹਿਆ ਬੁੱਤ ਪ੍ਰਸਤ ਕਿ ਆਪ ਬੁੱਤ ਪ੍ਰਸਤੰਦੋਂ ਮਨ ਬੁੱਤ ਸਖਸਤ ਔਰੰਗਜੀਬ ਮੈਂ ਬੁੱਤ ਪ੍ਰਸਤਾਂ ਦਾ ਵਿਰੋਧੀ ਹਾਂ ਉਹਨਾਂ ਦੇ ਜ਼ੁਲਮ ਨੂੰ ਨਾਸ਼ ਕਰਦਾ ਹਾਂ ਮੈਂ ਬੁੱਤ ਤੋੜਨ ਵਾਲਾ ਹਾਂ ਅਤੇ ਪਹਾੜੀ ਰਾਜੇ ਬੁੱਤ ਪ੍ਰਸਤ ਹਨ ਬੁੱਤਾਂ ਦੀ ਪੂਜਾ ਕਰਨ ਵਾਲੇ ਹਨ ਗੁਰੂ ਸਾਹਿਬ ਤਾਂ ਇੱਥੇ ਬੁੱਤ ਪੂਜਣ ਦੇ ਵਿਰੋਧੀ ਹਨ ਸਹਿਤਾ ਕਿਸ ਤੋਂ ਮੰਗੀ ਗੁਰੂ ਸਾਹਿਬ ਜੀ ਨੇ ਗੁਰੂ ਸਾਹਿਬ ਬਚਿੱਤਰ ਨਾਟਕ ਵਿੱਚ ਆਖਦੇ ਹਨ ਕਿ ਅਕਾਲ ਪੁਰਖ ਅੱਗੇ ਹੱਥ ਜੋੜ ਕਰਕੇ ਖੜਾ ਹੋ ਗਿਆ ਅਤੇ ਸਿਰ ਨਿਵਾ ਕੇ ਬੇਨਤੀ ਕੀਤੀ ਕਿ ਜਦੋਂ ਤੁਸੀਂ ਸਹਾਇਤਾ ਕਰੋਗੇ ਤਾਂ ਜਗਤ ਵਿੱਚ ਨਿਸ਼ਚੇ ਹੀ ਪੰਥ ਦਾ ਵਿਕਾਸ ਹੋਏਗਾ ਹੋਰ ਗ੍ਰੰਥ ਭਾਵੇਂ ਜੋ ਮਰਜੀ ਕਹਿਣ ਪਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਤ ਗ੍ਰੰਥ ਫਰਮਾਉਂਦੇ ਹਨ ਉਹੀ ਹਰ ਸਿੱਖ ਲਈ ਅਟਲ ਸੱਚ ਹੈ ਅੱਗੇ ਤੋਂ ਅਗਰ ਕੋਈ ਦੇਵੀ ਪੂਜਾ ਨੂੰ ਸੱਚ ਸਾਬਤ ਕਰਨ ਦੀ ਕੋਸ਼ਿਸ਼ ਕਰੇ ਤਾਂ ਤੁਸੀਂ ਗੁਰੂ ਸਾਹਿਬ ਜੀ ਦੇ ਵਿਚਾਰ ਅਤੇ ਬਾਣੀ ਦਾ ਹਵਾਲਾ ਦੇ ਗਲ ਦਾ ਖੰਡਨ ਕਰ ਸਕਦੇ ਹੋ ਸਭ ਭਰਮ ਆਪਣੇ ਆਪ ਦੂਰ ਹੋ ਜਾਣਗੇ ਹੋਈਆਂ ਗਲਤੀਆਂ ਦੀ ਭੁੱਲ ਲਈ ਗੁਰੂ ਸਹਿਬ ਜੀ ਦੇ ਚਰਨਾਂ ਵਿੱਚ ਮਾਫੀ ਗੁਰੂ ਸਾਹਿਬ ਜੀ ਆਪ ਬਖਸ਼ ਜਦੋਂ ਰਾਮ ਮੰਦਰ ਦਾ ਉਦਘਾਟਨ ਕੀਤਾ ਗਿਆ ਤੇ ਬਹੁਤ ਸਾਰੇ ਸੇਕੇ ਜਿਹੜੇ ਸੀ ਉਹ ਰਾਮ ਮੰਦਰ ਦੇ ਵਿੱਚ ਗਏ ਤੇ ਮੇਰੀ ਸੋਚ ਏ ਸੀ ਕਿ ਸ਼ਾਇਦ ਸਿੱਖ ਲੋਕ ਵੀ ਮੂਰਤੀ ਦੀ ਪੂਜਾ ਕਰਦੇ ਨੇ ਜਿਹੜੇ ਰਾਮ ਮੰਦਰ ਦੇ ਵਿੱਚ ਗਏ ਨੇ ਤੇ ਇਹ ਜਾਨਣਾ ਮੇਰੇ ਲਈ ਬੜਾ ਜ਼ਰੂਰੀ ਹੋ ਗਿਆ ਕਿ ਸਿੱਖ ਲੋਕ ਮੂਰਤੀ ਦੀ ਪੂਜਾ ਕਰਦੇ ਆ ਜਾਂ ਨਹੀਂ ਕਰਦੇ ਇਸ ਤੋਂ ਇਲਾਵਾ ਇੱਕ ਟੀਵੀ ਸ਼ੋਅ ਚੱਲ ਰਿਹਾ ਸੀ ਤੇ ਉਸ ਸ਼ੋਅ ਦੇ ਦੌਰਾਨ ਇੱਕ ਪੰਡਿਤ ਜੀ ਨੇ ਆਖਿਆ ਕਿ ਜੇ ਅਸੀਂ ਮੂਰਤੀ ਦੀ ਪੂਜਾ ਕਰਦੇ ਆ ਤੇ ਸਿੱਖ ਲੋਕ ਵੀ ਮੂਰਤੀ ਦੀ ਪੂਜਾ ਕਰਦੇ ਨੇ ਯਾਨੀ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੂਰਤੀ ਦਾ ਨਾਮ ਦਿੱਤਾ ਕੀ ਕਿਹਾ ਸੀ ਆਓ ਪਹਿਲੋਂ ਆਪਾਂ ਵੀਡੀਓ ਦੇ ਵਿੱਚ ਦੇਖ ਲਈਏ ਤੁਸੀਂ ਆਖ ਦੇਖੋ ਜਿਨ੍ਹਾਂ ਨੂੰ ਅਸੀਂ ਹਾਜ਼ਰ ਨਾਜ਼ਰ ਗੁਰੂ ਸਾਹਿਬ ਦਾ ਮੰਨਦੇ ਆ ਕਿ ਆ ਉਹ ਮੂਰਤ ਰੂਪ ਚ ਨਹੀਂ ਹੈ ਮੂਰਤ ਰੂਪ ਦੇ ਵਿੱਚ ਹੀ ਅਸੀਂ ਉਹਨਾਂ ਦੇ ਸਾਹਮਣੇ ਝੁਕਦੇ ਆ ਜਾਂਦੇ ਇਸ ਕਰਕੇ ਮੇਰਾ ਮੰਨਣਾ ਹੈ ਕਿ ਇਹ ਤਰਕ ਦੇਣਾ ਠੀਕ ਨਹੀਂ ਹੈ ਕਿ ਮੂਰਤੀ ਪੂਜਾ ਜੀ ਅਸੀਂ ਮੂਰਤੀ ਦੇ ਖੰਡਨ ਕਰਕੇ ਭਾਈ ਮੂਰਤੀ ਦਾ ਖੰਡਨ ਕਿਸ ਤਰ੍ਹਾਂ ਹੋ ਸਕਦਾ ਹੈ ਤੁਸੀਂ ਕਹਿ ਰਹੇ ਕਿ ਸਿੱਖ ਧਰਮ ਦੇ ਵਿੱਚ ਵੀ ਮੂਰਤੀ ਦੀ ਪੂਜਾ ਬਿਹਤਰ ਤਰੀਕੇ ਨਾਲ ਹੁੰਦੀ ਹੈ ਦੇਖੋ ਜੀ ਗੁਰੂ ਮਹਾਰਾਜ ਦਾ ਸਰੂਪ ਤੇ ਮੂਰਤੀ ਰੂਪ ਚ ਹੀ ਹੈ ਨਾ ਨਹੀਂ ਤੁਸੀਂ ਇਹ ਕਹ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਮੂਰਤੀ ਹੈ ਮੂਰਤੀ ਸਰੂਪ ਹੈ ਜਦੋਂ ਇਸ ਸਨਾਤਨੀ ਪੰਡਿਤ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਮੂਰਤੀ ਦਾ ਦਰਜਾ ਦਿੱਤਾ ਤੇ ਮੇਰੇ ਜ਼ੇਨ ਦੇ ਵਿੱਚ ਬਹੁਤ ਸਾਰੇ ਸਵਾਲ ਪੈਦਾ ਹੋਏ ਕੀ ਕੀ ਵਕਈ ਸਿੱਖ ਲੋਕ ਕੀ ਮੂਰਤੀ ਦੀ ਪੂਜਾ ਕਰਦੇ ਆ ਜਾਂ ਨਹੀਂ ਕਰਦੇ ਉਦੋਂ ਸਿੱਖ ਲੋਕ ਰਾਮ ਮੰਦਰ ਦੇ ਵਿੱਚ ਵੀ ਬਹੁਤ ਸਾਰੇ ਗਏ ਸੀ ਤੇ ਇਸ ਵੀਡੀਓ ਦੇ ਵਿੱਚ ਅਸੀਂ ਜਾਣਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਸਿੱਖ ਲੋਕ ਮੂਰਤੀ ਦੀ ਪੂਜਾ ਕਰਨ ਸਿੱਖ ਲੋਕ ਸਿਰਫ ਇੱਕ ਅਕਾਲ ਪੁਰਖ ਦੀ ਅੱਲਾ ਵਾਹੇ ਗੁਰੂ ਦੀ ਪੂਜਾ ਕਰਦੇ ਨੇ ਉਹਦੀ ਆਬਾਦਤ ਕਰਦੇ ਨੇ ਉਹਦੇ ਅੱਗੇ ਹੀ ਝੁਕਦੇ ਨੇ ਹੋਰ ਕਿਸੇ ਅੱਗੇ ਵੀ ਨਹੀਂ ਝੁਕਦੇ ਤੇ ਫਾਈਨਲੀ ਮੇਰੀ ਨੌਲੇਜ ਦੇ ਵਿੱਚ ਜਿਹੜੀ ਗੱਲ ਆਈ ਹੈ ਉਹ ਇਹ ਹੈ ਕਿ ਸਿੱਖ ਲੋਕ ਜਿਹੜੇ ਨੇ ਉਹ ਮੂਰਤੀ ਦੀ ਪੂਜਾ ਨਹੀਂ ਕਰਦੇ ਬਲਕਿ ਅਕਾਲ ਪੁਰਖ ਦੀ ਪੂਜਾ ਕਰਦੇ ਨੇ ਅਕਾਲ ਪੁਰਖ ਦੀ ਆਬਾਦਤ ਕਰਦੇ ਨੇ ਖੈਰ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਾ ਬਹੁਤ ਚੰਗਾ ਲੱਗਾ ਜਿਹੜੀ ਇੱਕ ਮਿਸਕਨਸੈਪਸ਼ਨ ਜਿਹੜੀ ਮੇਰੇ ਜ਼ਿਹਨ ਦੇ ਵਿੱਚ ਪੈਦਾ ਹੋ ਰਹੀ ਸੀ ਕਿ ਸਿੱਖ ਲੋਕ ਮੂਰਤੀ ਦੀ ਪੂਜਾ ਕਰਦੇ ਨੇ ਉਹ ਬਿਲਕੁਲ ਕਲੀਅਰ ਹੋ ਚੁੱਕੀ ਹੈ ਕਿ ਸਿੱਖ ਲੋਕ ਮੂਰਤੀ ਦੀ ਪੂਜਾ ਬਿਲਕੁਲ ਨਹੀਂ ਕਰਦੇ ਖੈਰ ਵੀਡੀਓ ਦੇਖ ਕੇ ਜੋ ਮੈਨੂੰ ਲੱਗਦਾ ਸੀ ਮੈਂ ਆਪਣੇ ਵੀਰਾਂ ਨੂੰ ਦੱਸਦਾ ਜੇ ਜੋ ਮੇਰੇ ਵੀਰਾਂ ਨੂੰ ਲੱਗਦਾ ਹੈ ਉਹ ਮੈਨੂੰ ਕਮਣ ਦੇ ਵਿੱਚ لازਮੀ ਦੱਸਣ ਤੇ ਇਹ ਸੀ ਮੇਰੀ ਅੱਜ ਦੀ ਵੀਡੀਓ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਰੱਬ ਰਾਖਾ